ਆਪਾਂ ਕਿਸੇ ਖੇਤ ਨੂੰ ਵੀ ਰਸਤਾ ਬਣਾਉਣਾ ਹੋਵੇ, ਡੰਡੀ ਵੀ ਬਣਾਉਣੀ ਹੋਵੇ, ਉਹ ਡੰਡੀ ਤੇ ਇੱਕ ਬੰਦਾ ਲੰਘੂਗਾ ਪਹਿਲਾਂ, ਫਿਰ ਦੋ, ਫਿਰ ਪੰਜ, ਫਿਰ ਪੈੜਾਂ ਦੇਖ ਦੇਖ ਕੇ ਸੱਤ, ਦਸ, ਪੰਦਰਾਂ, ਵੀਹ, ਉਹਨੂੰ ਵੀ ਪੰਜ ਸੱਤ ਮਹੀਨੇ ਡੰਡੀ ਨੂੰ ਲੱਗ ਜਾਂਦੇ ਨੇ। ਔਰ ਡੰਡੀ 'ਚ ਜਿੱਥੇ ਮੋੜ ਪੈ ਗਿਆ ਮੋੜ ਪੈ ਜਾਂਦਾ, ਜਿੱਥੋਂ ਸਿੱਧੀ ਹੋ ਗਈ ਸਿੱਧੀ ਹੋ ਜਾਂਦੀ ਹੈ। ਸੋ ਆਪਾਂ ਸਿੱਧੀ ਡੰਡੀ ਇੱਕ ਬਣਾਈ ਹੈ ਪੰਜਾਬ ਵਾਸਤੇ, ਜਿਹੜੀ ਸਿੱਧੀ ਮੰਜ਼ਿਲ ਨੂੰ ਜਾਂਦੀ ਹੈ। ਅਤੇ ਉਸ ਡੰਡੀ ਦੇ ਵਿੱਚ ਅੱਜ ਇੱਕ ਹੋਰ ਪੈੜ ਬੇਰਕਾ ਪਾ ਰਿਹਾ ਕਿ ਅੱਜ ਲੁਧਿਆਣਾ ਦੇ ਵਿੱਚ 105 ਕਰੋੜ ਦੀ ਲਾਗਤ ਨਾਲ 9 ਲੱਖ ਲੀਟਰ ਇੱਕ ਦਿਨ ਦਾ ਦੁੱਧ ਦੀ ਪ੍ਰੋਸੈਸਿੰਗ ਦਾ ਪਲਾਂਟ ਜਿਹੜਾ ਸ਼ੁਰੂ ਹੋ ਰਿਹਾ। 10 ਲੱਖ ਮੀਟ੍ਰਿਕ ਟਨ, 10 ਲੱਖ ਟਨ ਹੈ ਜੀ, 10 ਮੀਟ੍ਰਿਕ ਟਨ ਜਿਹੜਾ ਦੁੱਧ ਹੈ ਉਹ ਤੋਂ ਪਨੀਰ ਬਣੂਗਾ, ਮੱਖਣ ਬਣੂਗਾ। ਮੈਂ ਦੇਖ ਕੇ ਆਇਆ ਪਲਾਂਟ ਸਾਹਮਣੇ ਮੇਰੇ ਲਿਖਿਆ ਵੇਰਕਾ, ਕਿਸਾਨਾਂ ਦਾ ਆਪਣਾ ਅਦਾਰਾ। ਪਸ਼ੂ ਧਨ ਹੁੰਦਾ ਹੈ ਵਰਦਾਨ, ਖਾਲਸ ਦੁੱਧ, ਚੌਖੀ ਕਮਾਈ, ਨਾਲੇ ਘਰ ਦੀ ਸ਼ਾਨ। ਤਰੱਕੀ ਲਈ ਗਿਆਨ ਜ਼ਰੂਰੀ, ਪਸ਼ੂ ਧਨ ਲਈ ਧਿਆਨ ਜ਼ਰੂਰੀ, ਸਾਹਮਣੇ ਲਿਖਿਆ ਹੋਇਆ। ਇਹ ਤਰੱਕੀ ਜਿਹੜੀ ਹੈ ਪੰਜਾਬ ਦੀ, ਇਹ ਇੱਦਾਂ ਹੀ ਹੋਣੀ ਹੈ, ਇਹ ਜਨਤਾ ਦੀ ਹਾਜ਼ਰੀ 'ਚ ਹੋਣੀ ਹੈ, ਜਨਤਾ ਨੂੰ ਅੱਖੀਂ ਡਿੱਠਾ ਗਵਾਹ ਬਣਾਉਣਾ ਪੈਣਾ ਕਿਆ ਤੁਹਾਡੇ ਸਾਹਮਣੇ ਕੰਮ ਹੋ ਰਿਹਾ ਜੀ। ਪਹਿਲਾਂ ਕੀ ਕਰਦੇ ਸੀ, ਤਰੱਕੀ ਕਾਗਜ਼ਾਂ 'ਚ ਹੁੰਦੀ ਸੀ, ਜਨਤਾ ਉਹਦੀ ਅੱਖੀਂ ਡਿੱਠੀ ਗਵਾਹ ਨਹੀਂ ਹੁੰਦੀ ਸੀ, ਇਸੇ ਕਰਕੇ ਉਹ ਤਰੱਕੀ ਸਾਡੇ ਤੱਕ ਪਹੁੰਚੀ ਹੋਈ ਨਹੀਂ, ਕਾਗਜ਼ਾਂ 'ਚ ਹੀ ਰਹਿ ਗਈ। ਕੱਲ੍ਹ ਮੈਂ ਲਹਿਰੇ ਗਾਗੇ ਦੇ ਨੇੜੇ ਭੁਟਾਲ ਕਲਾਂ, ਬਰਵੀਓ ਕੰਪਨੀ ਹੈ ਜਰਮਨੀ ਦੀ, ਉਹਨਾਂ ਨੇ ਇੱਕ ਪਲਾਂਟ ਲਾਇਆ, ਹੈਰਾਨ ਹੋ ਜਾਓਗੇ। ਉਹ ਪਲਾਂਟ ਕੀ ਕਰਦਾ, 330 ਟਨ ਪਰਾਲੀ ਹਰ ਰੋਜ਼ ਦੀ ਖਪਤ ਕਰਦਾ, ਅਤੇ ਉਹ ਪਰਾਲੀ ਨਾਲ ਜਮ੍ਹਾਂ ਐਨ ਜਿਵੇਂ ਆਪਣੀ ਰੂੜੀ ਵਾਲੀ ਖਾਦ ਹੁੰਦੀ ਹੈ ਉੱਦਾਂ ਦੀ ਖਾਦ ਬਣਦੀ ਹੈ, ਅਤੇ 33 ਟਨ ਬਾਇਓ ਊਰਜਾ CNG ਪੈਦਾ ਹੁੰਦੀ ਹੈ। ਯਾਨੀ ਕਿ ਉਹਨਾਂ ਦਾ ਜਿਹੜਾ ਪਲਾਂਟ ਹੈ ਇੰਡੀਆ ਦਾ ਸਭ ਤੋਂ ਵੱਡਾ ਪਲਾਂਟ ਹੈ। ਕੱਲ੍ਹ ਮੈਂ ਉੱਥੇ ਗਿਆ ਸੀ, ਤੁਸੀਂ ਦੇਖਿਆ ਹੋਣਾ, ਬਹੁਤ ਸਾਰਿਆਂ ਨੇ, ਮੰਤਰੀ ਸਾਹਿਬ ਵੀ ਆਏ ਸੀ ਸੈਂਟਰ ਤੋਂ। 1 ਲੱਖ ਟਨ ਪਰਾਲੀ 1 ਸਾਲ ਦੀ ਚਾਹੀਦੀ ਹੈ ਉਹਨਾਂ ਨੂੰ। 24 ਘੰਟੇ ਪਲਾਂਟ ਚੱਲੂਗਾ, ਪਰਾਲੀ ਤਾਂ 20 ਦਿਨਾਂ ਦਾ ਸੀਜ਼ਨ ਹੈ ਨਾ। ਪਰ ਉਹ ਕੀ ਕਰਨਗੇ, ਉਹਨਾਂ ਨੇ ਜ਼ਮੀਨ ਲੈ ਲਈ ਅਲੱਗ ਅਲੱਗ ਜਗ੍ਹਾ 'ਤੇ, ਠੇਕੇ 'ਤੇ, ਉਹ ਆਪਦੀ ਪਰਾਲੀ ਨੂੰ ਉੱਥੇ ਸਟੋਰ ਕਰ ਲੈਣਗੇ। 1 ਲੱਖ ਟਨ ਪਰਾਲੀ ਦਾ ਮਤਲਬ ਹੈ 47,000 ਏਕੜ, 47,000 ਏਕੜ ਜਿਹੜੀ ਜ਼ਮੀਨ ਹੈ ਉਹਦੇ 'ਚ ਉਹ ਪਰਾਲੀ ਦਾ ਡੱਕਾ ਡੱਕਾ ਚੱਕ ਲੈਣਗੇ, ਅੱਗ ਲਾਉਣ ਦੀ ਲੋੜ ਨਹੀਂ ਪੈਣੀ। 47,000, ਅਤੇ ਮੈਂ ਜਦੋਂ ਜਰਮਨੀ ਗਿਆ ਸੀ ਮੈਨੂੰ ਉਹ ਮਿਲੇ ਸੀ, 2-3 ਕਾਗਜ਼ੀ ਕਾਰਵਾਈਆਂ ਸੀ ਉਹ ਅਸੀਂ ਠੀਕ ਕਰਤੀਆਂ। ਉਹ ਕਹਿੰਦੇ ਵੀ 10 ਪਲਾਂਟ ਹੋਰ ਲਾਵਾਂਗੇ। ਹੁਣ ਸਾਨੂੰ ਪਤਾ ਲੱਗ ਗਿਆ ਕਿ ਪੰਜਾਬ 'ਚ ਸਾਨੂੰ ਕੋਈ ਤੰਗ ਨਹੀਂ ਕਰਦਾ, ਹੁਣ ਪੰਜਾਬ 'ਚ ਸਾਡੇ ਤੋਂ ਕੋਈ ਹਿੱਸਾ ਨਹੀਂ ਮੰਗਦਾ। ਪਹਿਲਾਂ ਇੰਡਸਟਰੀਲਿਸਟ ਆਉਂਦਾ ਸੀ ਬਾਹਰੋਂ, ਪੰਜਾਬ 'ਚ ਕੰਮ ਕਰਨਾ ਚਾਹੁੰਦਾ ਸੀ, ਬਹੁਤ ਸਾਰਿਆਂ ਦੀ ਬੈਕਗ੍ਰਾਉਂਡ ਪੰਜਾਬ ਤੋਂ ਹੈ ਵੀ ਚਲੋ ਯਾਰ ਆਪਣੇ ਪੇਕੇ ਜਾ ਕੇ ਕੰਮ ਕਰੀਏ, ਆਪਦੇ ਧਰਤੀ ਨੂੰ ਕੁਛ ਫਾਇਦਾ ਦੇਈਏ, ਸਮਾਜ ਨੇ ਆਪਾਂ ਨੂੰ ਬਹੁਤ ਕੁਛ ਦਿੱਤਾ ਆਪਾਂ ਵੀ ਸਮਾਜ ਨੂੰ ਦੇਈਏ। ਉਹ ਆਉਂਦੇ ਸੀ MOU ਕਰਨ, ਐਗਰੀਮੈਂਟ ਕਰਨ ਆਉਂਦੇ ਸੀ ਪਹਿਲਾਂ ਵੀ, ਪਰ ਉਹ ਪਹਿਲਾਂ ਸਿਰਫ ਇੱਕ ਪਰਿਵਾਰ ਨਾਲ MOU ਕਰਨ ਆਉਂਦੇ ਸੀ। ਉਹ ਕਹਿੰਦੇ ਸੀ ਮੈਂ ਐਡੀ ਵੱਡੀ ਫੈਕਟਰੀ ਲਾਉਣੀ ਹੈ, ਅਤੇ ਮੂਹਰੋਂ ਕਹਿੰਦੇ ਸੀ ਮੈਨੂੰ ਕਿੰਨਾ, ਉਹ ਕਹਿੰਦਾ ਸੀ ਜੀ ਮੈਂ ਤਾਂ ਜੀ 2000 ਮੁੰਡੇ ਕੁੜੀਆਂ ਨੂੰ ਕੰਮ ਦੇ ਸਕਦਾ। ਉਹ ਕਹਿੰਦਾ ਛੱਡੋ ਪਰੇ, ਉਹਨਾਂ ਨੂੰ ਫਿਰਦੇ ਰਹਿਣ ਤੋਂ ਧੱਕੇ ਖਾਂਦੇ, ਤੂੰ ਮੇਰਾ ਹਿੱਸਾ ਦੱਸ। ਤਾਂ ਉਹ ਚਲੇ ਜਾਂਦੇ ਸੀ ਕਿਤੇ ਕੋਈ ਹੋਰ, ਗੁਜਰਾਤ, ਬੱਦੀ, ਮੱਧ ਪ੍ਰਦੇਸ਼, ਇੱਧਰ ਚਲੇ ਜਾਂਦੇ ਸੀ। ਹੁਣ ਤੁਹਾਨੂੰ ਮੈਂ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਿਹਾ, ਹੁਣ ਜਦੋਂ ਇੰਡਸਟਰੀ ਵਾਲੇ ਆਉਂਦੇ ਨੇ ਉਹ ਕਿਸੇ ਪਰਿਵਾਰ ਨਾਲ ਸਮਝੌਤਾ ਨਹੀਂ ਕਰਨ ਆਉਂਦੇ, ਉਹ ਪੰਜਾਬ ਦੇ 2.25 ਕਰੋੜ ਲੋਕਾਂ ਨਾਲ MOU ਕਰਨ ਆਉਂਦੇ ਨੇ।
वो पंजाब नाल समझौता करना आउंदे ने। टाटा स्टील का प्लांट आ रहा लुधियाने च, जमशेदपुर तो बाद इंडिया का सब तो बड़ा सैकेंड टाटा स्टील आ रही, 2600 करोड़ रुपया। किन्ने मुंडे कुड़ियों नूं काम मिलेगा, इनडायरेक्ट काम किन्ना मिलेगा। टैक्सटाइल दियां कंपनियां आ रही ने, बहुत सारी इंडस्ट्री कहती आ बस साडा हुण काम बन गया जी, साथों कोई पैसे ना मंगे, सानू दफ्तर च धक्के ना खाने पैण। असी कहा जी सिंगल विंडो सिस्टम कर देंगे, आ जाओ काम करो, फैक्ट्रियां लाओ, साडे मुंडे कुड़ियों नूं काम दिओ। मैं उन्हां नूं कहा वध तो वध 80% 90% 95%, मैं तो कहना 100%, भी जिथे फैक्ट्री लाओगे जिहो जिहा तुहानूं कोई इंपलाइज चाहिए ने वो आले दुआले के पिंडा तो पंजाब तो ही लियो, पंजाब तो। उन्होंने मैनू कुछ ने कहा, मैं सच दसदा मैं झूठ नहीं बोलता, वो कहिंदे जी पंजाब तो सानू कई बारी टैक्नीशियन बहुत हाईली एजुकेटड वो बेंगलौर तो मंगाने पै जांदे ने, पुणे तो गुड़गांव तो मंगाने पै जांदे ने। मैं उन्होंने कहा ओके तुसी मंगा लिओ उन्होंने बेंगलौर तो पुणे तो, जिहड़े तुहाडे कोई टैक्नीशियन ने कोई होर पढ़ाई की हुई है, असीं पंजाब चों नहीं पढ़ाई करा सके बच्चों नूं, पर तुसीं सानूं इह जरूर दस दिओ कि उन्होंने डिग्री कीहड़ी कीती हुई है, एक साल के उही डिग्री समेत असीं तुहानूं पंजाबी मुंडे कुड़ियां तुहानूं असीं प्रोवाइड करा के स्किल डिवेलपमेंट वल ध्यान देना पवेगा। अज स्किल डिवेलपमेंट का जमाना है, कुछ ना कुछ सीख के परमात्मा ने हर एक बंदे नूं कोई ना कोई कला दिती है। किसी की लिखाई बहुत सोहनी है, कोई गाउंदा ही बहुत सोहना है, कोई लिखदा ही बहुत सोहना है, कोई एक्टर बहुत सोहना है, कोई अफसर बहुत वधिया है। हर बंदे नूं परमात्मा ने कोई ना कोई फन दिता, उन्हूं जे आपां उभार दिए, जिवें हुण खेडां चल रही ने, खेडां वतन पंजाब, हजारां मुंडे कुड़ियां उस हिस्सा लै रहे ने, लंबी छाल उच्ची छाल बाल हैंडबॉल भुल ही गए सी आपां, स्कूलां च हुंदियां हुंदियां सी गेमां, आ हुण उह गेमां जिहड़ियां ने उह च किन्ने हजारां बच्चे हिस्सा लै रहे ने, और किन्ने जाने उन्हां चों स्टेट लैवल ते जाणगे, नैशनल लैवल ते जाणगे, ओलंपिक जाणगे, एशियाड जाणगे। सो मैनू इसे गल की खुशी रहिंदी है कि अज इक होर काम करन चले आ जिहदे नाल किसे दे घरें चुल्हे बलणगे। जिहड़ा डेयरी है ये बिल्कुल खेती दे नाल है, बराबर चलने वाला धंधा है। किसान जिहड़ा जेकर मेरी सोच यह है, जे किसान नूं कल्ली खेती ते ना रखिए, जेकर उहदे घरें हर रोज हर हफ्ते जां हर महीने किसी होर पास्सों इनकम आउण लग जाए तो 100% खेती ते नहीं रहूगा। जो 100% खेती ते ही है तो अद्धे घंटे की बेमौसमी बरसात, 10 मिनट के बेमौसमी गड़े उसकी सारी कबीलदारी लीह तो ला के रख देंगे, क्योंकि होर पास्से कोई उम्मीद ही नहीं। सो डेयरी जे नाल चलूगी हर रोज दुध के पैसे आउणगे तो किसान जिहड़ा उहदा मुंडा वो काम करूगा, उन्हूं होर नवे तरीकों नाल बधाऊगा, डिजिटल मशीन लगनगियां। मैं पंजाब के नौजवान मुंडे कुड़ियों नूं जॉब सीकरस नहीं बनाना चाहता, मैं जॉब प्रोवाइडर्स बनाना चाहता। नौकरियां मंगण वाले नहीं, नौकरियां देण वाले बनाओ, उन्हां नूं नौकरियां देण वाले, उन्हां दे छोटे छोटे काम शुरू कराओ, उन्हां नूं सस्ते रेटां ते लोन दिओ, सरकार उन्हां नूं भ्रिष्टाचार तो बचा के उन्हां दी फैक्ट्री चलावे, वह 10 बंदियां नूं काम देणगे, 6 महीनों बाद 20 ते आ जाणगे। जिवें आह बिरका मिल्क 15 लीटर तो चलिया सी, अज 9 लाख लीटर पर डे ते आ गया। ये मेरे लिए कोई शहर बेगाना नहीं, कला दे खेत्र च आउण तो मिले मैं इत्थे सी, मैं बहुत बारी इस मिल्क प्लांट चो दुध लैके पीता होया, मैं नाल ही तो रहिंदा सी अगर नगर तो अगे आदर्श कलोनी है उत्थे ही रहिंदा हुंदा सी, मैं इत्थों ही जांदे हुंदे सी, जिहड़ी कैसटां दी मार्केट है वह उधर
ਪਧੌੜ ਹਾਊਸ ਉੱਥੇ ਕੈਸਟਾਂ ਦੀ ਮਾਰ